ਦੇਸ਼ ਵਿਦੇਸ਼ ਦੀਆਂ ਸੰਗਤਾਂ ਉੱਥੇ ਜਾ ਰਹੀਆਂ ਔਰ ਸਾਨੂੰ ਵੀ ਸੱਦਾ ਸੀ ਉੱਥੇ ਅਸੀਂ ਦਰਸ਼ਨ ਕਰਨ ਵਾਸਤੇ ਜਾਣਾ ਸ਼ਤਾਬਦੀ ਮਨਾਉਣ ਵਾਸਤੇ ਪਰ ਨਵੇਂ ਸਾਲ ਵਾਲੇ ਦਿਨ ਬਾਦਲ ਸਰਕਾਰ ਨੇ ਸਾਨੂੰ ਗ੍ਰਿਫਤਾਰ ਕਰਕੇ ਅਤੇ ਇੱਥੇ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਕਰਕੇ ਆਪਣੇ ਅੱਤ ਦੇ ਜ਼ੁਲਮੀ ਰਾਜ ਦਾ ਜਿਹੜਾ ਹੈਗਾ ਉਹ ਤਸਵੀਰ ਪੇਸ਼ ਕੀਤੀ ਹੈ। ਇਹ ਬਾਦਲ ਦਾ ਰਾਜ ਜਿਹੜਾ ਸੂਬੇ ਸਰਹੰਦ ਦਾ ਰਾਜ ਆ, ਜਿਸ ਤਰ੍ਹਾਂ ਸੂਬੇ ਸਰਹੰਦ ਨੇ ਅਤੇ ਔਰੰਗਜ਼ੇਬ ਨੇ ਸਿੱਖਾਂ 'ਤੇ ਜ਼ੁਲਮ ਢਾਇਆ ਸੀ, ਇਸੇ ਤਰ੍ਹਾਂ ਬਾਦਲਾਂ ਨੇ ਜ਼ੁਲਮ ਢਾਇਆ ਕਿ ਸਿੱਖਾਂ ਨੂੰ ਆਪਣੇ ਗੁਰਪੁਰਬ ਮਨਾਉਣ ਦਾ ਵੀ ਹੱਕ ਨਹੀਂ ਹੈ। ਔਰ ਇਹ ਜਿਹੜਾ ਬਾਦਲਾਂ ਦਾ ਰਾਜ ਆ ਹੁਣ ਚੰਦ ਦਿਨਾਂ ਦਾ ਪ੍ਰਾਹੁਣਾ, ਵੈਸੇ ਤਾਂ ਚੋਣ ਜਾਬਤਾ ਲੱਗਣ ਨਾਲ ਹੀ ਖਤਮ ਹੋ ਗਿਆ ਅਤੇ ਹੁਣ ਪੰਜਾਬ ਦੇ ਲੋਕਾਂ ਨੇ ਪੰਥ ਅਤੇ ਪੰਜਾਬ ਦੇ ਭਲੇ ਲਈ ਫਤਵਾ ਦੇਣਾ ਕਿ ਸੂਬਾ ਸਰਹੰਦ ਦਾ ਔਰੰਗਜ਼ੇਬ ਬਾਦਲਾਂ ਦੇ ਰਾਜ ਦਾ ਹੁਣ ਭੋਗ ਪਾਉਣਾ ਤਾਂ ਕਿ ਬਾਦਲਾਂ ਨੂੰ ਕਦੇ ਸੱਤਾ ਵਿੱਚ ਜਿਹੜਾ ਨਹੀਂ ਆਉਣ ਦੇਣਾ, ਇਹਨਾਂ ਕੋਲੋਂ ਆਪਣੇ ਪੰਜਾਬ ਦਾ ਖਹਿੜਾ ਛਡਾਉਣਾ, ਆਪਣੇ ਤਖਤਾਂ ਦਾ, ਆਪਣੇ ਗੁਰਧਾਮਾਂ ਦਾ ਅਤੇ ਆਪਣੀਆਂ ਸ਼੍ਰੋਮਣੀ ਸੰਸਥਾਵਾਂ ਦਾ ਖਹਿੜਾ ਇਹਨਾਂ ਬਾਦਲਾਂ ਕੋਲੋਂ ਛਡਾ ਕੇ ਰਾਜ ਕਰੇਗਾ ਖਾਲਸਾ ਪੰਥ ਕੀ ਜੀਤ ਜਿਹੜੀ ਆ ਉਹ ਕਰਨੀ ਹੈ। ਹੁਣ ਇਹ ਸਮੁੱਚੇ ਮੇਰੀ ਬੇਨਤੀ ਹੈ ਪੰਜਾਬ ਵਾਸੀਆਂ ਨੂੰ ਕਿ ਹੁਣ ਉਹ ਆਪਣਾ ਫਤਵਾ ਜਿਹੜਾ ਇਹਨਾਂ ਬਾਦਲਾਂ ਦੇ ਹੱਕ 'ਚ ਨਾ ਦੇਣ, ਇਹਨਾਂ ਦੇ ਖਿਲਾਫ਼ ਦੇਣ, ਕਿਉਂਕਿ ਇਹਨਾਂ ਨੇ ਜੋ ਪੰਥ ਅਤੇ ਪੰਜਾਬ ਦਾ ਘਾਣ ਕੀਤਾ ਤੁਹਾਡੇ ਸਾਹਮਣੇ ਆ ਕਿ ਬੇਕਸੂਰ ਸਿੱਖਾਂ ਨੂੰ 751 ਅਸੀਂ ਘਰੋਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜਾ ਰਹੇ ਅਤੇ ਆਪਣੇ ਸਥਾਨ 'ਤੇ ਜਾ ਰਹੇ ਹਾਂ ਕੀਰਤਨ ਦਰਬਾਰ ਕਰਨ ਤੋਂ ਬਾਅਦ ਸਾਨੂੰ ਰਸਤੇ 'ਚ ਰੋਕ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ। ਇਦੋਂ ਵੱਧਾ ਜ਼ੁਲਮੀ ਰਾਜ ਜਿਹੜਾ ਕੋਈ ਹੋਰ ਕੀ ਹੋ ਸਕਦਾ। ਅਤੇ ਇਸ ਕਾਰਨ ਕਰਕੇ ਹੁਣ ਸਮਾਂ ਆ ਗਿਆ, ਸੰਗਤਾਂ ਦੇ ਹੱਥ ਵਿੱਚ ਆ। ਪਹਿਲਾਂ ਤਾਂ ਬੜਾ ਲੋਕਾਂ ਦੇ ਮਨਾਂ 'ਚ ਡਰ ਸੀ, ਭੈ ਸੀਗਾ ਚੋਣ ਜਾਬਤੇ ਤੋਂ ਪਹਿਲਾਂ ਕਿ ਝੂਠੇ ਮੁਕੱਦਮੇ ਪਾ ਕੇ ਅੰਦਰ ਕਰ ਦਿੰਦੇ, ਅਤੇ ਹੁਣ ਚੋਣ ਜਾਬਤਾ ਲੱਗਣ ਤੋਂ ਬਾਅਦ ਹੁਣ ਲੋਕ ਆਜ਼ਾਦ ਨੇ, ਉਹਨਾਂ ਨੂੰ ਆਪਣੇ ਮਨ ਦੀ ਆਵਾਜ਼ ਪਛਾਣ ਕੇ ਅਤੇ ਫਤਵਾ ਦੇਣਾ ਚਾਹੀਦਾ ਕਿ ਜਿਨ੍ਹਾਂ ਬਾਦਲਾਂ ਦੇ ਰਾਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਥਾਂ ਥਾਂ 'ਤੇ, ਬੇਕਸੂਰ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਔਰ ਬੇਕਸੂਰ ਸਿੱਖਾਂ ਨੂੰ ਫੜ ਕੇ ਜੇਲ੍ਹਾਂ 'ਚ ਬੰਦ ਕੀਤਾ ਗਿਆ, ਉਸ ਜ਼ੁਲਮ ਰਾਜ ਦਾ ਹੁਣ ਅੰਤ ਕਰ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ।